ਲੋਕ ਸਭਾ ਚੋਣਾਂ ਨੂੰ ਲੈ ਕੇ ਸਾਂਝਾ ਮੈਨੀਫੈਸਟੋ ਜਾਰੀ ਕਰ ਸਕਦਾ ਹੈ ਇੰਡੀਆ ਅਲਾਇੰਸ। ਕਾਂਗਰਸ ਨੇ ਗਠਜੋੜ ਸ਼ਾਮਿਲ ਪਾਰਟੀਆਂ ਨੂੰ ਭੇਜਿਆ ਸੁਝਾਅ। ਮੈਨੀਫੈਸਟੋ 'ਚ ਸਾਰੀਆਂ ਪਾਰਟੀਆਂ ਦੇ ਵਾਅਦੇ ਕੀਤੇ ਜਾਣਗੇ ਸ਼ਾਮਿਲ। ਲੋਕ ਸਭਾ ਚੋਣ ਦੇ ਲਈ ਟਿਕਟ ਨਾ ਮਿਲਣ ਤੇ ਨਾਰਾਜ਼ ਢੀਂਡਸਾ ਪਰਿਵਾਰ ਅੱਜ ਲੈ ਸਕਦਾ ਹੈ ਕੋਈ ਵੱਡਾ ਫੈਸਲਾ। ਸੁਖਦੇਵ ਸਿੰਘ ਢੀਂਡਸਾ ਵੱਲੋਂ ਅੱਜ ਸੰਗਰੂਰ 'ਚ ਬੁਲਾਈ ਗਈ ਹੈ ਬੈਠਕ। ਅਕਾਲੀ ਦਲ ਨੇ ਸੰਗਰੂਰ ਤੋਂ ਝੂੰਦਾ ਨੂੰ ਬਣਾਇਆ ਹੈ ਉਮੀਦਵਾਰ। ਜੈਤੋ 'ਚ ਚੋਣ ਪ੍ਰਚਾਰ ਦੌਰਾਨ ਬੀਜੇਪੀ ਉਮੀਦਵਾਰ ਹੰਸ ਰਾਜ ਹੰਸ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਕੀਤੀ ਗੱਲ। ਕੇਂਦਰ ਸਰਕਾਰ ਨਾਲ ਜੁੜੇ ਹਰ ਸਵਾਲ ਦਾ ਦਿੱਤਾ ਜਵਾਬ। ਬੋਲੇ, ਸਾਂਸਦ ਬਣਿਆ ਤਾਂ ਕਿਸਾਨਾਂ ਦੀ ਬਣਾਂਗਾ ਆਵਾਜ਼। ਅੱਜ ਹੁਸ਼ਿਆਰਪੁਰ 'ਚ ਪ੍ਰਚਾਰ ਕਰਨਗੇ ਸੀਐਮ ਭਗਵੰਤ ਮਾਨ। ਪਾਰਟੀ ਉਮੀਦਵਾਰ ਚੱਬੇਵਾਲ ਲਈ ਕਰਨਗੇ ਵੋਟ ਦੀ ਅਪੀਲ। ਕੱਲ੍ਹ ਮੀਂਹ ਤੇ ਤੂਫਾਨ ਵਿਚਾਲੇ ਫਤਿਹਗੜ੍ਹ 'ਚ ਕੀਤੀ ਰੈਲੀ। ਵਰਕਰਾਂ ਨੂੰ ਬੋਲੇ, ਤੂਫਾਨ 'ਚ ਵੀ ਮੈਂ ਤੁਹਾਡੇ ਨਾਲ ਖੜਾ ਰਹਾਂ। ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਤੇ ਦਿੱਲੀ ਕੋਰਟ ਸੁਣਵਾਈ ਅੱਜ। ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ ਲਈ ਮੰਗੀ ਹੈ ਜ਼ਮਾਨਤ। ਫਿਲਹਾਲ ਤਿਹਾੜ ਜੇਲ੍ਹ 'ਚ ਬੰਦ ਨੇ ਸਿਸੋਦੀਆ। ਅਰਵਿੰਦ ਕੇਜਰੀਵਾਲ ਦੀ ਪਤਨੀ ਨੂੰ ਮਿਲੇ ਆਪ ਦੇ ਰਾਜ ਸਭਾ ਸਾਂਸਦ ਬਲਬੀਰ ਸਿੰਘ ਸੀਚੇਵਾਲ। ਦਿੱਲੀ 'ਚ ਸੀਐਮ ਰਿਹਾਇਸ਼ ਤੇ ਸੁਨੀਤਾ ਕੇਜਰੀਵਾਲ ਦੇ ਨਾਲ ਕੀਤੀ ਮੁਲਾਕਾਤ। ਹਰਿਆਣਾ ਦੇ ਸੋਨੀਪਤ 'ਚ ਬੇਰਹਿਮੀ ਦੀ ਇੰਤਹਾ। ਮਾਂ ਨੇ ਆਸ਼ਿਕ ਨਾਲ ਮਿਲ ਕੇ 5 ਸਾਲਾ ਮਾਸੂਮ ਬੱਚੀ ਨੂੰ ਉਤਾਰਿਆ ਮੌਤ ਦੇ ਘਾਟ। ਵਾਰਦਾਤ ਤੋਂ ਬਾਅਦ ਮੁਲਜ਼ਮ ਮਾਂ ਤੇ ਆਸ਼ਿਕ ਫਰਾਰ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਗੈਂਗਸਟਰ ਰੋਹਿਤ ਗੋਦਾਰਾ ਗੈਂਗ ਦੇ 2 ਸ਼ਾਰਪ ਸ਼ੂਟਰ ਗ੍ਰਿਫਤਾਰ। ਫੜੇ ਗਏ ਸ਼ੂਟਰਾਂ 'ਚ ਇੱਕ ਨਾਬਾਲਿਗ, 2 ਆਟੋਮੈਟਿਕ ਪਿਸਤੌਲਾਂ ਵੀ ਬਰਾਮਦ। ਸ਼ੰਭੂ 'ਚ ਰੇਲਵੇ ਟਰੈਕ ਤੇ ਕਿਸਾਨਾਂ ਦਾ ਧਰਨਾ ਚੌਥੇ ਦਿਨ ਵੀ ਜਾਰੀ। 100 ਤੋਂ ਜ਼ਿਆਦਾ ਟ੍ਰੇਨਾਂ ਪ੍ਰਭਾਵਿਤ। ਯਾਤਰੀਆਂ ਨੂੰ ਕਰਨਾ ਪੈ ਰਿਹਾ ਭਾਰੀ ਦਿੱਕਤਾਂ ਦਾ ਸਾਹਮਣਾ। ਜੀ, ਮੈਂ ਹਾਂ ਸਰਬਜੋਤ ਕੌਰ, ਨਿਊਜ਼ 18 ਪੰਜਾਬ। ਹਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬੁਲਟਨ ਦੀ ਸ਼ੁਰੂਆਤ ਕਰਾਂਗੇ ਤੇ ਗੱਲ ਕਰਾਂਗੇ ਅੰਨਦਾਤਾ ਦੀ, ਯਾਨੀ ਕਿ ਕਿਸਾਨਾਂ ਦੀ। ਕਿਸਾਨਾਂ ਤੇ ਕੁਦਰਤ ਦੀ ਮਾਰ ਪਈ ਹੈ। ਦੱਸ ਕੇ ਹਨੇਰੀ ਤੇ ਮੀਂਹ ਦੇ ਨਾਲ ਕਣਕ ਦੀ ਫਸਲ ਬਰਬਾਦ ਹੋਈ ਹੈ ਤੇ ਕੱਲ੍ਹ ਆ ਸ਼ਾਮ ਨੂੰ ਆਸਾਂ ਨੂੰ ਸੁਨਹਿਰੀ ਵੇਖਣ ਨੂੰ ਮਿਲਿਆ ਸੀਗਾ, ਜਿੱਥੇ ਕਿ ਪੰਜਾਬ ਦੇ ਕਈ ਥਾਵਾਂ ਤੇ ਗੜੇਮਾਰੀ ਵੀ ਹੋਈ ਹੈ, ਹੇਲ ਸਟੋਰਮ ਹੋਇਆ ਤੇ ਵਾਢੀ ਦੇ ਲਈ ਤਿਆਰ ਖੜੀ ਸੈਂਕੜੇ ਏਕੜ ਫਸਲ ਜੋ ਹੈ ਉਹ ਖਰਾਬ ਹੋ ਗਈ ਤੇ ਇਸ ਵਿਚਾਲੇ ਦੱਸ ਕੇ ਮੰਡੀਆਂ 'ਚ ਪਈ ਕਣਕ ਜੋ ਸੀਗੀ ਉਹ ਵੀ ਭਿੱਜ ਗਈ ਤੇ ਸੀਐਮ ਭਗਵੰਤ ਮਾਨ ਨੇ ਕਿਸਾਨਾਂ ਨੂੰ ਮੁਆਵਜ਼ੇ ਦਾ ਭਰੋਸਾ ਦਿੱਤਾ ਹੈ ਤੇ ਇੱਕ ਇੱਕ ਦਾਣੇ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਏਗੀ। ਆ ਸੀਐਮ ਭਗਵੰਤ ਮਾਨ ਕਹਿੰਦੇ ਨਜ਼ਰ ਆਏ ਤੇ 2 ਵੱਖ ਵੱਖ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ। ਹਨੇਰੀ ਤੇ ਮੀਂਹ ਦੇ ਨਾਲ ਕਣਕ ਦੀ ਫਸਲ ਬਰਬਾਦ ਹੋ ਗਈ ਹੈ ਤੇ ਮੰਡੀਆਂ 'ਚ ਜੋ ਪਈ ਸੀਗੀ ਫਸਲ 1 ਤਰੀਕ ਤੋਂ ਦੱਸ ਕੇ ਸਰਕਾਰੀ ਖਰੀਦ ਫਸਲ ਦੀ ਸ਼ੁਰੂ ਹੋ ਚੁੱਕੀ ਹੈ ਤੇ ਬੋਰੀਆਂ ਵੇਖੀਆਂ ਜਾ ਸਕਦੀਆਂ ਨੇ। ਮੰਡੀਆਂ 'ਚ ਜੋ ਪਈਆਂ ਸੀਗੀਆਂ, ਕੱਲ੍ਹ ਗੜੇਮਾਰੀ ਹੋਈ, ਮੀਂਹ ਪਿਆ, ਹਨੇਰੀ ਆਈ, ਝੱਖੜਾਈ ਤੇ ਅੱਜ ਬੋਰੀਆਂ ਨੇ ਉਹ ਭਿੱਜ ਕੇ ਸਵਾਹ ਹੋ ਗਈਆਂ। ਇਸ ਵਿਚਾਲੇ ਜਦੋਂ ਆ ਸਭ ਕੁਝ ਵਾਪਰਿਆ ਸੀਗਾ ਤੇ ਸੀਐਮ ਭਗਵੰਤ ਮਾਨ ਫਤਿਹਗੜ੍ਹ ਸਾਹਿਬ 'ਚ ਉੱਥੇ ਮੌਜੂਦ ਸੀਗੇ। ਚੋਣ ਪ੍ਰਚਾਰ ਉਹਨਾਂ ਦੇ ਵੱਲੋਂ ਫਤਿਹਗੜ੍ਹ ਸਾਹਿਬ ਸੀਟ ਤੇ ਜੋ ਗੁਰਪ੍ਰੀਤ ਸਿੰਘ ਜੀਪੀ ਨੇ ਉਹਨਾਂ ਦੇ ਹੱਕ 'ਚ ਕੀਤਾ ਜਾ ਰਿਹਾ ਸੀਗਾ ਤੇ ਇਸੇ ਵਿਚਾਲੇ ਸੀਐਮ ਭਗਵੰਤ ਮਾਨ ਨੇ ਉੱਥੋਂ ਹੀ ਐਲਾਨ ਕੀਤਾ ਸੀਗਾ ਸਟੇਜ ਤੋਂ ਹੀ ਕਿ ਇੱਕ ਇੱਕ ਦਾਣੇ ਦੇ ਨੁਕਸਾਨ ਦੀ ਭਰਪਾਈ ਸਾਡੇ ਵੱਲੋਂ ਕੀਤੀ ਜਾਏਗੀ। ਹਾਲਾਂਕਿ ਗਿਰਦਾਵਰੀ ਦੇ ਵੀ ਹੁਕਮ ਦੇ ਦਿੱਤੇ ਗਏ ਨੇ। ਉਸ ਤੋਂ ਬਾਅਦ ਇੱਕ ਹਾਈ ਲੈਵਲ ਮੀਟਿੰਗ ਵੀ ਚੰਡੀਗੜ੍ਹ ਸੱਦੀ ਗਈ ਸੀਗੀ ਤੇ 2 ਵੱਖ ਵੱਖ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ। ਇਸ ਦੇ ਵਿਚਾਲੇ ਕਣਕ ਦੀ ਜੋ ਫਸਲ ਹੈ, ਪੁੱਤਾਂ ਵਾਂਗ ਜੋ ਕਿਸਾਨ ਆਪਣੀ ਫਸਲ ਨੂੰ ਪਾਲਦੇ ਨੇ ਉਹ ਖੜੀ ਹੈ, ਤਿਆਰ ਹੈ। ਹਾਲਾਂਕਿ ਕੁਝ ਫਸਲਾਂ ਦੀ ਕਿਸਾਨਾਂ ਨੇ ਵਾਢੀ ਕਰਨੀ ਹੈ ਤੇ ਇਸ ਦੇ ਵਿਚਾਲੇ ਜੋ ਕੁਝ ਜੋ ਫਸਲ ਹੈ, ਕਣਕ ਜੋ ਹੈ ਉਹ ਮੰਡੀਆਂ ਤੱਕ ਪਹੁੰਚ ਗਈ ਹੈ, ਉਹ ਖਰਾਬ ਹੋ ਗਈ ਹੈ। ਬੋਰੀਆਂ ਵੇਖੀਆਂ ਜਾ ਸਕਦੀਆਂ ਨੇ, ਗੜੇ ਉੱਪਰ ਹੋਏ ਪਏ ਬੋਰੀਆਂ ਦੇ ਵੇਖੇ ਜਾ ਸਕਦੇ ਨੇ। ਇਸ ਦੇ ਵਿਚਾਲੇ ਜੋ ਸਾਰੀ ਫਸਲ ਸੀਗੀ ਉਹ ਭਿੱਜ ਕੇ ਸਵਾਹ ਹੋ ਗਈ ਤੇ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ। ਹਾਲਾਂਕਿ ਕਿਸਾਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਸਾਨੂੰ ਬਣਦਾ ਮੁਆਵਜ਼ਾ ਦਿੱਤਾ ਜਾਏ ਤੇ 2 ਵੱਖ ਵੱਖ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ। ਹਾਲਾਂਕਿ ਹੋਰ ਵੀ ਕਾਫੀ ਨੁਕਸਾਨ ਹੋਇਆ ਹੈ, ਦਰਖਤ ਡਿੱਗ ਗਏ ਸੀਗੇ ਥਾਂ ਥਾਂ ਤੇ ਇਸ ਦੇ ਵਿਚਾਲੇ ਲੋਕਾਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਤੇ ਦੋ ਵੱਖ ਵੱਖ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ। ਇਸ ਦੇ ਵਿਚਾਲੇ ਮੀਂਹ ਤੇ ਗੜੀਮਾਰੀ ਨੇ ਕਿਸਾਨਾਂ ਦੇ ਸਾਹ ਸੁਕਾ ਦਿੱਤੇ ਨੇ, ਕਿਸਾਨਾਂ ਤੇ ਕੁਦਰਤ ਦੀ ਮਾਰ ਪਈ ਹੈ ਹਨੇਰੀ। ਮੀਂਹ ਝੱਖੜ ਨੇ ਕਣਕ ਦੀ ਫਸਲ ਬਰਬਾਦ ਕਰ ਦਿੱਤੀ ਹੈ। ਦੋ ਵੱਖ ਵੱਖ ਤਸਵੀਰਾਂ ਸਭ ਕੁਝ ਬਿਆਨ ਕਰ ਰਹੀਆਂ ਨੇ ਕਿ ਕਿਸ ਕਿਸਮ ਦੇ ਨਾਲ ਕੁਦਰਤ ਨੇ ਕਹਿਟ ਆਇਆ। ਇਸ ਦੇ ਵਿਚਾਲੇ ਜੋ ਕਣਕ ਦਾ ਦਾਣਾ ਹੈ ਉਹ ਇਸ ਪੂਰੇ ਜੋ ਮੀਂਹ ਪਿਆ ਹੈ ਉਸਦੇ ਨਾਲ ਸੁੱਕ ਸਕਦਾ ਹੈ, ਕਾਲਾ ਪੈ ਸਕਦਾ ਹੈ, ਛੋਟਾ ਹੋ ਸਕਦਾ ਹੈ। ਇਸ ਵਿਚਾਲੇ ਤੇਜ਼ ਹਨੇਰੀ ਸੀਗੀ ਤੇ ਜਿਸ ਦੇ ਚੱਲਦੇ ਜੋ ਝਾੜ 'ਚ ਵੀ ਕਮੀ ਆਏਗੀ ਤੇ ਹਨੇਰੀ ਦੇ ਮੀਂਹ ਦੇ ਨਾਲ ਕਣਕ ਦੀ ਫਸਲ ਬਰਬਾਦ ਹੋ ਗਈ ਹੈ। ਪੰਜਾਬ ਦੇ ਕਈ ਥਾਵਾਂ ਤੇ ਗੜੇਮਾਰੀ ਵੀ ਹੋਈ ਹੈ ਤੇ ਵਾਢੀ ਲਈ ਤਿਆਰ ਸੀਗੀ ਤੇ ਖੜੀ ਸੈਂਕੜੇ ਏਕੜ ਫਸਲ ਖਰਾਬ ਹੋ ਗਈ ਹੈ ਤੇ ਮੰਡੀਆਂ 'ਚ ਪਈ ਕਣਕ ਦੀ ਮੀਂਹ ਜੋ ਹੈ ਪਿੱਛ ਗਈ ਹੈ ਤੇ ਸੀਐਮ ਮਾਨ ਦਾ ਕਿਸਾਨਾਂ ਨੇ ਮੁਆਵਜ਼ੇ ਨੂੰ ਭਰੋਸਾ ਦਿੱਤਾ ਹੈ। ਸੀਐਮ ਭਗਵੰਤ ਮਾਨ ਨੇ ਕਿਹਾ ਕਿ ਇੱਕ ਇੱਕ ਦਾਣੇ ਦੇ ਨੁਕਸਾਨ ਦੀ ਭਰਪਾਈ ਸਾਡੇ ਤੋਂ ਕੀਤੀ ਜਾਏਗੀ ਤੇ ਮੈਂ ਇੱਕ ਇੱਕ ਕਰਕੇ ਆਪਣੇ ਸਹਿਯੋਗੀਆਂ ਦਾ ਰੁਖ ਕਰਾਂਗੀ। ਮਨੋਜ ਸ਼ਰਮਾ ਸਾਡੇ ਨਾਲ ਪਟਿਆਲਾ ਤੋਂ ਲਾਈਵ ਮੌਜੂਦ ਨੇ, ਗੁਰਦੀਪ ਸਿੰਘ ਲਾਈਵ ਸਾਡੇ ਤੋਂ ਖੰਨਾ ਦੀ ਮੰਡੀ ਤੋਂ ਮੌਜੂਦ ਨੇ, ਇਸ ਦੇ ਵਿਚਾਲੇ ਸੰਦੀਪ ਓਬਰਾਏ ਸਾਡੇ ਨਾਲ ਕਪੂਰਥਲਾ ਤੋਂ ਲਾਈਵ ਮੌਜੂਦ ਨੇ, ਦੀਪਕ ਸਿੰਗਲਾ ਸਾਡੇ ਨਾਲ ਲਾਈਵ ਮੌਜੂਦ ਨੇ ਮੋਗਾ ਤੋਂ। ਤੇ ਸਭ ਤੋਂ ਪਹਿਲਾਂ ਮੈਂ ਰੁਖ ਕਰਾਂਗੀ ਗੁਰਦੀਪ ਦਾ ਜੋ ਕਿ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਖੰਨਾ 'ਚ ਉੱਥੇ ਮੌਜੂਦ ਨੇ। ਗੁਰਦੀਪ, ਜਾਣਨਾ ਚਾਹਾਂਗੇ ਕੱਲ੍ਹ ਕੁਦਰਤ ਦੀ ਆਫਤ ਪਈ ਹੈ ਕਿਸਾਨਾਂ 'ਤੇ, ਕੀ ਕੁਝ ਸਿਨੈਰੀਓ ਹੈ, ਕਿੰਨਾ ਕੁ ਨੁਕਸਾਨ ਕਿਸਾਨਾਂ ਨੂੰ ਝੱਲਣਾ ਪਿਆ? ਜੀ, ਜੇਕਰ ਗੱਲ ਕੀਤੀ ਜਾਵੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੀ ਅਤੇ ਆਸ ਪਾਸ ਦੇ ਇਲਾਕਿਆਂ ਦੀ, ਖੰਨਾ ਮੰਡੀ ਦੇ ਵਿੱਚ ਕੱਲ੍ਹ ਤੱਕ ਜਿਹੜੀ ਫਸਲ, ਇਹ ਸਮਝਿਆ ਜਾ ਰਿਹਾ ਸੀ ਕਿ 25% ਫਸਲ ਜਿਹੜੀ ਹੈ ਉਹ ਮੰਡੀ 'ਚ ਆਈ ਹੈ, ਹਜੇ ਤੱਕ 75% ਫਸਲ ਜਿਹੜੀ ਹੈ ਖੇਤਾਂ 'ਚ ਖੜੀ ਹੈ। ਹਾਂ, ਇਹ ਜ਼ਰੂਰ ਹੈ ਕਿ ਇਸ ਇਲਾਕੇ ਦੇ ਵਿੱਚ ਵੀ ਬਾਰਿਸ਼ ਹੋਈ ਹੈ, ਕੁਛ ਇਲਾਕਿਆਂ ਦੇ ਵਿੱਚ ਗੜੇਮਾਰੀ ਹੋਈ ਹੈ, ਉਹਦੇ ਨਾਲ ਨੁਕਸਾਨ ਦੇਖਣ ਨੂੰ ਮਿਲਿਆ, ਪਰ ਕਿਸਾਨਾਂ ਵੱਲੋਂ ਜਿਹੜੀ ਫਸਲ ਉਹਨਾਂ ਦੀ ਵੱਢ ਕੇ ਰੱਖੀ ਸੀ ਉਹ ਮੰਡੀ ਦੇ ਵਿੱਚ ਲਿਆਂਦੀ ਜਾ ਰਹੀ ਹੈ। ਫਸਲ ਦੀ ਆਮਦ ਜਿਹੜੀ ਹੈ ਕੱਲ੍ਹ ਬਰਸਾਤ ਤੋਂ ਬਾਅਦ ਖੰਨਾ ਮੰਡੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਤੇਜ਼ ਹੋ ਚੁੱਕੀ ਹੈ। ਤੁਹਾਨੂੰ ਆਲੇ ਦੁਆਲੇ ਦੀਆਂ ਤਸਵੀਰਾਂ ਦਿਖਾ ਦਿੰਦੇ ਹਾਂ ਕਿ ਫਸਲ ਜਿਹੜੀ ਕੱਲ੍ਹ ਤੱਕ 25% ਫਸਲ ਜਿਹੜੀ ਮੰਡੀ ਦੇ ਵਿੱਚ ਆਈ ਸੀ ਅਤੇ ਹੁਣ ਇੱਕਦਮ ਜਿਹੜਾ ਹੈ ਮੰਡੀ ਦੇ ਵਿੱਚ ਕਿਸਾਨਾਂ ਵੱਲੋਂ ਆਪਣੀ ਫਸਲ ਲੈ ਕੇ ਆਉਂਦੀ ਗਈ ਹੈ ਅਤੇ ਇਹ ਜਿਹੜੀ ਹੈ ਪਹਿਲਾਂ ਮੰਡੀ ਦੇ ਵਿੱਚ ਕਾਫੀ ਥਾਂ ਖਾਲੀ ਪਈ ਸੀ ਅਤੇ ਹੁਣ ਫਸਲ ਜਿਹੜੀ ਹੈ ਟਰਾਲੀਆਂ ਜਿਹੜੀਆਂ ਹੈ ਉਹ ਉਤਰ ਰਹੀਆਂ ਨੇ ਮੰਡੀ ਦੇ ਵਿੱਚ, ਪੱਖੇ ਲਗਾਏ ਜਾ ਰਹੇ ਨੇ। ਇੱਕ ਗੱਲ ਜ਼ਰੂਰ ਹੈ ਵੀ ਕੱਲ੍ਹ ਜਿਵੇਂ ਇੱਕਦਮ ਜੀ ਗੁਰਦੀਪ ਹੋਈ ਹੈ, ਇੱਕਦਮ ਬਰਸਾਤ ਹੋਈ ਹੈ, ਉਸ ਟਾਈਮ ਵੀ ਕੰਬਾਈਨ ਚੱਲ ਰਹੀ ਸੀ ਅਤੇ ਫਸਲ ਜਿਹੜੀ ਹੈ ਉਹ ਵੱਢੀ ਜਾ ਰਹੀ ਸੀ ਅਤੇ ਕਿਸਾਨ ਵੀ ਮੌਜੂਦ ਨੇ ਅਤੇ ਉਹਨਾਂ ਨੂੰ ਪੁੱਛ ਲੈਂਦੇ ਹਾਂ ਵੀ ਕਿਸ ਤਰੀਕੇ ਨਾਲ ਉਹਨਾਂ ਦੇ ਕੱਲ੍ਹ ਦੇ ਮੌਸਮ ਦੇ ਵਿੱਚ ਰਿਹਾ। ਕਿਆ ਨਾਮ ਹੈ ਤੁਹਾਡਾ? ਅੰਮ੍ਰਿਤ ਰਾਜੇਵਾਲ। ਅਤੇ ਕੱਲ੍ਹ ਜਿੱਦਾਂ ਇੱਕਦਮ ਬਰਸਾਤ ਹੋਈ ਹੈ ਅਤੇ ਕਿੰਨਾ ਕੁ ਅਸਰ ਪਿਆ ਫਸਲ 'ਤੇ? ਇਹ ਰੱਬ ਦੀ ਮਰਜ਼ੀ ਹੈ ਜੀ, ਕਿਸਾਨ ਦੀ ਉਹਦੇ ਅੱਗੇ ਕੋਈ ਨਹੀਂ ਚੱਲਦੀ। ਤੁਸੀਂ ਦੇਖੋਗੇ ਆ ਏਰੀਆ 'ਚ ਖੰਨੇ ਤੋਂ ਨਿਕਲਾ ਹੈ ਤਾਂ ਕਿ ਗੋਲੇ ਪਏ 5 ਮਿੰਟ ਪੂਰੇ ਦੱਬ ਕੇ, ਇਸੜੂ ਵੱਲ ਪਏ, ਵਿੱਚ ਕੁਛ ਏਰੀਆ ਰਹਿ ਗਿਆ ਕਿਤੇ ਵੱਟ ਨਾ ਵੱਟ ਛੱਡ ਦਿੰਦਾ, ਪਰ ਕੀਤਾ ਕੀ ਜਾਵੇ। ਖੜੀ ਖੇਤ 'ਚ ਜਰਨੀ ਹੁੰਦੀ ਔਧ ਪੱਕੀ ਫਸਲ ਦੀ ਅਤੇ ਇੱਥੇ ਹੁਣ ਬੋਹੜ ਨੂੰ ਚੱਕ ਕੇ ਲੈ ਕੇ ਕਿੱਥੇ ਚੱਲ ਜੂ ਬੰਦਾ? ਇਕੱਲੇ ਤੇ ਇਕੱਲੇ ਪਰਿਵਾਰ ਨੇ, ਉਹਦੀ ਮਰਜ਼ੀ ਦੇ ਨਾਲ ਹੀ ਹੈ ਸਾਰਾ। ਪਰ ਇਹ ਜੋ ਨੀਤ ਅਤੇ ਇਹਨਾਂ ਦੀਆਂ ਨੀਤਾਂ ਜੋ ਪ੍ਰਸ਼ਾਸਨ ਦੀਆਂ ਖੋਟੀਆਂ ਹੋਈਆਂ ਨੇ, ਜੇਕਰ ਜੀਰੀ ਦੀ ਡੇਟ 1 ਤੋਂ 20 ਲੈ ਗਏ ਇਹ, ਉਹ ਟਾਈਮ ਨਾਲ ਲੱਗੀ ਹੁੰਦੀ ਅਤੇ ਅੱਜ ਟਾਈਮ ਨਹੀਂ ਸੀ ਆਉਣਾ। 30-35 ਸਾਲ ਮੈਨੂੰ ਹੋ ਗਏ ਖੇਤੀ ਕਰਦੇ ਨੂੰ, ਤੁਸੀਂ ਦੇਖਦੇ ਹੋ, ਤੁਸੀਂ ਦੱਸੋ ਵੀ ਕੋਈ ਵਿਸਾਖੀ ਇਹੋ ਜਿਹੀ ਗਈ ਸੀ ਜਿਹਨੂੰ ਵਾਢੀ ਨਾ ਲੱਗੀ ਹੋਵੇ? ਦਾਤਰ ਖੰਡਾ ਬਣ ਜਾਂਦੀ ਸੀ। ਜਿਵੇਂ ਕੱਲ੍ਹ ਤੱਕ 25% ਮੰਨਿਆ ਜਾ ਰਿਹਾ ਸੀ ਫਸਲ ਮੰਡੀ ਦੇ ਵਿੱਚ ਆਈ ਹੈ ਅਤੇ ਹੁਣ ਇੱਕਦਮ ਫਸਲ ਮੰਡੀ 'ਚ ਆਉਣੀ ਸ਼ੁਰੂ ਹੋਈ ਹੈ, ਤਾਂ ਕਾਰਨ ਕੀ ਹੈ? ਕਾਰਨ ਲੇਟ, ਜੀਰੀ ਲੇਟ। ਜੀਰੀ ਦੀ 1 ਤਰੀਕ ਤੋਂ ਲੱਗਦੀ ਸੀ ਜੀਰੀ, ਅਤੇ ਬਿਨਾਂ ਮੌਚਰ ਤੋਂ ਆਉਂਦੀ ਸੀ, ਕੋਈ ਮੌਚਰ ਦਾ ਝੰਝਟ ਹੀ ਨਹੀਂ ਸੀ। ਇਹ ਆਪਣੇ ਆਪ ਪ੍ਰਸ਼ਾਸਨ ਨੇ 1 ਤੋਂ 20 ਤੱਕ ਲੈ ਗਏ।
ਤੇ ਉਹ ਮੋਇਸਚਰ ਦਾ ਰੇੜਕਾ ਖੜਾ ਕਰ ਲਿਆ ਤੇ ਉਹਨੇ ਉਹ ਕਣਕ ਲੇਟ ਹੋ ਗਈ। ਮੈਂ ਤੇ ਉਹੀ ਕਹਿੰਦਾ ਵੀ ਕਦੇ ਕੋਈ ਇਹੋ ਜਿਹੀ ਜ਼ਿੰਦਗੀ 'ਚ ਵਿਸਾਖੀ ਨਹੀਂ ਸੀ ਦੇਖੀ ਕਿ ਵਾਢੀ ਨਾ ਲੱਗੀ ਹੋਵੇ। ਤੇ ਜਿਵੇਂ ਹੁਣ ਮੁੱਖ ਮੰਤਰੀ ਸਾਹਿਬ ਵੱਲੋਂ ਐਲਾਨ ਕੀਤਾ ਹੋਵੇ ਇਕੱਲੇ ਇਕੱਲੇ ਦਾਣੇ ਦਾ ਜਿਹੜਾ ਭੁਗਤਾਨ ਕੀਤਾ ਜਾਵੇਗਾ, ਕੀ ਮੰਨਦੇ ਹੋ ਤੁਸੀਂ? ਮੰਨ ਲੈਂਦੇ ਹਾਂ ਜੀ, ਜੇ ਕਹਿੰਦੇ ਨੇ ਉਹ ਤਾਂ ਮੁਰਗੀ ਬੱਕਰੀ 'ਤੇ ਆ ਗਏ ਸੀ। ਹੁਣ ਜਿਹੜੇ ਇਲਾਕੇ 'ਚ ਖੜੀ ਕਣਕ ਦੇ ਗੋਲੇ ਪਏ ਹੋਏ ਨੇ, ਆ ਨੈੱਟ ਖੋਲ ਕੇ ਦੇਖ ਲਓ, ਮੂਵੀਆਂ ਫਿਰਦੀਆਂ ਨੇ ਜੀ ਗੁਰਦੀਪ, ਚੌਥਾ ਹਿੱਸਾ ਕਣਕ ਦਾ ਝਾੜ ਰਹਿ ਗਿਆ। ਬਚਾਓ ਆ, ਇੱਥੇ ਖੜੇ ਆ, ਇੱਥੇ ਨਹੀਂ ਉਹਨਾਂ ਨੁਕਸਾਨ ਹੈਗਾ, ਨਹੀਂ ਪਏ। ਪਰ ਜਿੱਥੇ ਪਏ ਨੇ, ਇਹ ਤਾਂ ਕਹਿੰਦੇ ਸੀ ਵੀ ਬਿਨਾਂ ਕਦੋਰੀ 20,000 ਰੁਪਇਆ ਪਹਿਲਾਂ ਖਾਤੇ 'ਚ ਪਾ ਦਾਂਗੇ, ਜਦਕਿ ਬੰਦਾ ਹੀ ਨਹੀਂ ਗਿਆ ਉਹਨਾਂ ਖੇਤਾਂ 'ਚ ਜਿੱਥੇ ਗੋਲਿਆਂ ਦਾ ਨੁਕਸਾਨ ਹੈ। ਇੰਨਾ ਬੁਰਾ ਹਾਲ ਹੈ। ਅਤੇ ਇਸ ਵਾਰ ਕੁਆਲਿਟੀ ਕਿਹੋ ਜਿਹੀ ਰਹੀ ਹੈ ਕਣਕ ਦੀ? ਦੇਣਾ ਰੱਬ ਦੀ ਕੁਆਲਿਟੀ 'ਚ ਕੋਈ ਫਰਕ ਨਹੀਂ, ਸੋਨਾ ਖਰਾ ਸੋਨਾ ਕਣਕ, ਝਾੜ ਵੀ ਠੀਕ ਨੇ, ਲੇਕਿਨ ਡਰ ਤਾਂ ਇਹ ਤੋਂ ਲੱਗਦਾ ਜਿਹੜਾ ਰਾਤ ਨੂੰ ਰੋਜ਼ ਜੀ ਗੁਰਦੀਪ ਜੀ ਤੁਸੀਂ ਸਾਨੂੰ ਤਸਵੀਰਾਂ ਵਿਖਾਉਂਦੇ ਹੋ। ਮੈਂ ਆਪਣੇ ਸਹਿਯੋਗੀ ਦਾ ਰੁਕ ਕਰਾਂਗੀ, ਕਪੂਰਥਲਾ ਮੰਡੀ ਤੋਂ ਲਾਈਵ ਮੇਰੇ ਨਾਲ ਜੁੜੇ ਹੋਏ ਨੇ ਸੰਦੀਪ ਓਬਰਾਏ। ਸੰਦੀਪ, ਜਾਨਣਾ ਚਾਹਾਂਗੇ ਕਿ ਕਿਸਾਨਾਂ ਨੂੰ ਕਿੰਨਾ ਨੁਕਸਾਨ ਚੱਲਣਾ ਪਿਆ ਤੇ ਕੀ ਕੁਝ ਮੰਗਾਂ ਕਿਸਾਨਾਂ ਦੀਆਂ। ਕਪੂਰਥਲਾ ਮੰਡੀ, ਸੁਲਤਾਨਪੁਰ, ਫਲਾਤ, ਇੱਥੇ ਗੜੇਮਾਰੀ ਵੀ ਹੋਈ ਸੀ। ਸੁਲਤਾਨਪੁਰ ਖਾਸ ਤੌਰ ਤੇ ਬਹੁਤ ਵੱਡੇ ਪੱਧਰ ਤੇ ਗੜੇਮਾਰੀ ਹੋਈ ਸੀ ਔਰ ਫਸਲ ਦਾ ਨੁਕਸਾਨ ਵੀ ਹੋਇਆ ਸੀ, ਲੇਕਿਨ ਕਪੂਰਥਲਾ ਦੇ ਵਿੱਚ ਜਿਹੜੀ ਬਾਰਿਸ਼ ਹੈ ਉਹ ਹਲਕੀ ਰਹੀ ਸੀ ਔਰ ਤੁਸੀਂ ਉਹਦਾ ਸਾਫ਼ ਪ੍ਰਮਾਣ ਦੇਖ ਸਕਦੇ ਹੋ। ਮੰਡੀ ਦੇ ਵਿੱਚ ਜਿਹੜੀ ਫਸਲ ਹੈ ਉਹ ਆ ਚੁੱਕੀ ਹੈ, ਉਹਨੂੰ ਸਾਫ਼ ਕੀਤਾ ਜਾ ਰਿਹਾ ਹੈ ਔਰ ਖਰੀਦ ਚੁੱਕੀ ਹੈ। ਜਨਤਾ ਨੇ ਕਹਿ ਨਹੀਂ ਸਕਦੇ ਜੀ ਬਹੁਤ ਫਸਲ ਆ ਗਈ ਹੈ ਪਰ ਕਿੰਨੀ ਕੁ ਫਸਲ ਆਈ ਹੈ, ਸੀਜ਼ਨ ਲੇਟ ਹੈ। ਸੰਦੀਪ ਤੁਸੀਂ ਸਾਨੂੰ ਤਸਵੀਰਾਂ ਵਿਖਾਉਂਦੇ ਰਹੋ ਕਿ ਕੁਝ ਤਸਵੀਰਾਂ ਨੇ ਮੰਡੀ ਦੀਆਂ। ਮੈਂ ਆਪਣੇ ਸਹਿਯੋਗੀ ਦਾ ਰੁਕ ਕਰਾਂਗੀ ਮੋਗਾ ਤੋਂ ਲਾਈਵ, ਦੀਪਕ ਸਿੰਗਲਾ ਮੰਡੀ ਤੋਂ ਮੌਜੂਦ ਨੇ ਦਾਣਾ ਮੰਡੀ ਤੋਂ। ਮਨੋਜ ਜਾਨਣਾ ਚਾਹਾਂਗੇ, ਮਾਫ ਕਰਨਾ ਦੀਪਕ, ਜਾਨਣਾ ਚਾਹਾਂਗੇ ਕਿ ਜਦੋਂ ਆ ਮੀਂਹ ਹਨੇਰੀ ਚੱਖੜ ਆਇਆ ਸੀਗਾ ਤੇ ਮੰਡੀ 'ਚ ਕੀ ਕੁਝ ਇੰਤਜ਼ਾਮਾਤ ਸੀਗੇ ਤੇ ਕਿਸਾਨਾਂ ਨੂੰ ਕਿੰਨਾ ਨੁਕਸਾਨ ਚੱਲਣਾ ਪਿਆ? ਜ਼ਾਹਰ ਜੀ ਗੱਲ ਹੈ, ਜੋ ਖੇਤਾਂ 'ਚ ਖੜੀ ਫਸਲ ਹੈ ਉਸ ਨੂੰ ਤਾਂ ਨੁਕਸਾਨ ਪਹੁੰਚਿਆ ਹੀ ਹੈ। ਦੇਖੋ ਸਰਬਜੋਤ, ਕੱਲ੍ਹ ਜਿਹੜੀ ਸੂਬੇ ਭਰ ਦੇ ਵਿੱਚ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਗੜੇਮਾਰੀ ਹੋਈ ਹੈ ਔਰ ਬਾਰਿਸ਼ ਹੋਈ ਹੈ, ਉਹਦੇ ਨਾਲ ਕਿਸਾਨਾਂ ਦੀ ਚਿੰਤਾ ਜ਼ਰੂਰ ਵੱਧ ਗਈ ਹੈ, ਕਿਉਂਕਿ ਹਜੇ ਅਗਰ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਫਸਲ ਹੈ ਜਿਹੜੀ ਖੇਤਾਂ ਦੇ ਵਿੱਚ ਖੜੀ ਹੈ, ਜਿਹਦੇ ਵਿੱਚ ਨਮੀ ਦੀ ਮਾਤਰਾ ਵੱਧ ਗਈ ਹੈ ਔਰ ਜਿਹੜੀ ਫਸਲ ਜਿਹੜੀ ਹੈ ਕਿਸਾਨ
ਆਪਣੀ ਵੱਢ ਕੇ ਮੰਡੀਆਂ ਦੇ ਵਿੱਚ ਲੈ ਕੇ ਆਏ ਆ, ਉਹਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਦਾ, ਕਿਉਂਕਿ ਕੱਲ੍ਹ ਜਦੋਂ ਬਰਸਾਤ ਹੋਈ ਤਾਂ ਆਹ ਜਿਹੜੀ ਫਸਲ ਇਹਨਾਂ ਦੀ ਪਈ ਸੀਗੀ, ਇਹਦੇ ਵਿੱਚ ਬਰਸਾਤ ਦੇ ਨਾਲ ਨਮੀ ਜ਼ਰੂਰ ਵੱਧ ਗਈ ਹੈ, ਕਿਉਂਕਿ ਨਮੀ ਵਧਣ ਕਰਕੇ ਜਿਹੜੀ ਹੈ ਖਰੀਦ ਨਹੀਂ ਹੋ ਪਾ ਰਹੀ, ਇਸੇ ਕਰਕੇ ਕਿਸਾਨ ਜਿਹੜੇ ਮੰਡੀਆਂ ਦੇ ਵਿੱਚ ਬੈਠੇ ਨੇ। ਹਾਲਾਂਕਿ ਮੋਗਾ ਮੰਡੀ ਦੀ ਗੱਲ ਕੀਤੀ ਜਾਵੇ ਤਾਂ ਮੋਗਾ ਮੰਡੀ ਦੇ ਵਿੱਚ ਬਹੁਤ ਹੀ ਘੱਟ ਜਿਹੜੀ ਹੈ ਫਸਲ ਪਹੁੰਚੀ ਹੈ, 3-4% ਦੀ ਕਰੀਬ ਜਿਹੜੀ ਹੈ ਇਹ ਫਸਲ ਪਹੁੰਚੀ ਹੈ, ਕਿਉਂਕਿ ਮੋਗਾ ਦੀ ਮੰਡੀ ਦੇ ਵਿੱਚ ਲੇਟ ਫਸਲ ਆਈ ਹੈ। ਹਾਲਾਂਕਿ ਜ਼ਿਆਦਾ ਜਿਹੜੀ ਫਸਲ ਹੈ ਉਹ ਕਿਸਾਨਾਂ ਦੇ ਖੇਤਾਂ ਦੇ ਵਿੱਚ ਖੜੀ ਹੈ, ਲੇਕਿਨ ਉੱਥੇ ਕਿਸਾਨਾਂ ਦੀ ਕਾਫੀ ਚਿੰਤਾ ਵਧੀ ਹੈ, ਕਿਉਂਕਿ ਜਦੋਂ ਕਿ ਖੇਤ ਦੇ ਵਿੱਚ ਖੜੀ ਹੁੰਦੀ ਹੈ ਕੰਬਾਈਨ ਨਹੀਂ ਲੱਗਦੀ, ਫਸਲ ਦੀ ਵਾਢੀ ਨਹੀਂ ਹੁੰਦੀ ਜਾਂ ਚਿੱਟਾ ਜਿਹੜੇ ਟੁੱਟ ਜਾਂਦੇ ਨੇ, ਔਰ ਉਸ ਤੋਂ ਬਾਅਦ ਉਹਦੇ ਵਿੱਚ ਨਮੀ ਦੀ ਮਾਤਰਾ ਬਹੁਤ ਜ਼ਿਆਦਾ ਹੋ ਜਾਂਦੀ ਹੈ। ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਆੜ੍ਹਤੀ ਵੀਰ ਨੇ ਕੱਲ੍ਹ ਜਿਹੜੀਆਂ ਬੋਰੀਆਂ ਇੱਥੇ ਲੱਗੀਆਂ ਹੋਈਆਂ ਸੀ, ਉਹਨਾਂ ਨੇ ਵੀ ਜਦੋਂ ਬਾਰੀ ਚਾਹੀ ਹੈ ਤਰਪਾਲਾਂ ਪਾ ਦਿੱਤੀਆਂ, ਜਿਹੜੀ ਫਸਲ ਜਿਹੜੀ ਹੈ ਬੋਰੀਆਂ ਦੇ ਵਿੱਚ ਪਈ ਹੋਈ ਹੈ ਉਹਨੂੰ ਉਹ ਨਾ ਖਰਾਬ ਹੋਵੇ, ਉਹਦੇ ਵੀ ਤਰਪਾਲਾਂ ਪਾਈਆਂ ਗਈਆਂ, ਜਿਹੜੀ ਫਸਲ ਜਿਹੜੀ ਖੁੱਲ੍ਹੀ ਪਈ ਸੀ ਉਹਦੇ 'ਤੇ ਵੀ ਤਰਪਾਲਾਂ ਪਾਈਆਂ ਗਈਆਂ ਸੀ, ਤਾਂ ਕਿ ਇਹਦੇ ਵਿੱਚ ਨਮੀ ਦੀ ਮਾਤਰਾ ਨਾ ਵੱਧ ਜਾਵੇ। ਲੇਕਿਨ ਫਿਰ ਵੀ ਨਮੀ ਦੀ ਮਾਤਰਾ ਜਿਹੜੀ ਹੈ ਮੌਸਮ ਕਰਕੇ ਜ਼ਰੂਰ ਵਧੀ ਹੈ, ਜਿਹਦੇ ਕਰਕੇ ਖਰੀਦ ਨਹੀਂ ਹੋ ਰਹੀ। ਸਾਡੇ ਨਾਲ ਮੋਗਾ ਜਿਹੜੀ ਹੈ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਇਹਨਾਂ ਨਾਲ ਗੱਲ ਕਰ ਲੈਂਦੇ ਹਾਂ। ਸਮੀਰ ਜੀ, ਕਿਸ ਤਰ੍ਹਾਂ ਦੇ ਹਾਲਾਤ ਸੀਗੇ ਕੱਲ੍ਹ ਜਦੋਂ ਬਾਰਿਸ਼ ਹੋਈ ਹੈ, ਕਿਉਂਕਿ ਸੂਬੇ ਭਰ ਦੇ ਵਿੱਚ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਗੜੇਮਾਰੀ ਵੀ ਬਹੁਤ ਹੋਈ ਹੈ, ਬਾਰਿਸ਼ ਵੀ ਬਹੁਤ ਹੋਈ ਹੈ, ਔਰ ਉੱਤੋਂ ਇੱਕ ਪੀਕ ਸੀਜ਼ਨ ਹੈ ਜਿਹੜਾ ਫਸਲ ਦਾ ਸੀਜ਼ਨ ਹੈ, ਹਨਾ, ਬਹੁਤ ਜ਼ਿਆਦਾ ਨੁਕਸਾਨ ਕਿਸਾਨਾਂ ਦਾ ਕਹਿੰਦੇ ਹੋ ਗਿਆ, ਖੇਤਾਂ ਦੇ ਵਿੱਚ ਅਜੇ ਫਸਲਾਂ ਖੜੀਆਂ ਔਰ ਇੱਥੇ ਵੀ ਜਿਹੜੀ ਹੈ ਨਮੀ ਦੀ ਮਾਤਰਾ ਵੱਧ ਗਈ। ਗੱਲ ਇਹ ਜੀ ਵੀ ਕੱਲ੍ਹ ਜਿਹੜਾ ਮੌਸਮ ਖਰਾਬ ਹੋਇਆ ਉਹਦੇ ਕਰਕੇ ਭਾਰੀ ਬੇਚੈਨੀ ਸੀ ਆੜ੍ਹਤੀਆਂ 'ਚ ਵੀ, ਕਿਸਾਨਾਂ 'ਚ ਵੀ, ਮਜ਼ਦੂਰਾਂ 'ਚ ਵੀ, ਕਿਉਂਕਿ ਫਸਲ ਮੰਡੀਆਂ ਦੇ ਵਿੱਚ ਆ ਚੁੱਕੀ ਹੈ ਔਰ ਜਿਹੜੀ ਬਾਰਿਸ਼ ਹੋਈ ਹੈ ਉਹਦੇ ਨਾਲ ਜਿਹੜਾ ਫਸਲ ਦਾ ਮੌਇਸਚਰ ਹੈ, ਕਣਕ ਦਾ ਮੌਇਸਚਰ ਹੈ, ਉਹ ਵੀ ਵਧਿਆ। ਔਰ ਲੇਕਿਨ ਜਿਹੜੀ ਬਚਾਅ ਦੀ ਗੱਲ ਉਹ ਇਹ ਰਹੀ ਹੈ ਕਿ ਸਾਰੇ ਸਾਡੇ ਆੜ੍ਹਤੀ ਭਰਾਵਾਂ ਕੋਲ ਇੱਥੇ ਤਾਦਾਦ ਦੇ ਵਿੱਚ, ਚੰਗੀ ਤਾਦਾਦ ਦੇ ਵਿੱਚ ਤਰਪਾਈਲਾਂ ਵੀ ਹੈ, ਕਰੇਟ ਵੀ ਹੈ। ਕੱਲ੍ਹ ਬਾਰਿਸ਼ ਹੋਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇਸ ਪਾਸੇ ਵੀ ਜਿਹੜੇ ਹੈਗੇ ਮਾਲ ਜਿਹੜੇ ਕਰੇਟਾਂ 'ਤੇ ਲਾਤੇ ਹੈਗੇ ਆੜ੍ਹਤੀਆਂ ਨੇ, ਔਰ ਸਾਰੀਆਂ ਜਿੰਨੀਆਂ ਢੇਰੀਆਂ ਉਹ ਢੱਕੀਆਂ ਹੋਈਆਂ ਸੀ। ਸੋ ਬਹੁਤਾ ਜਿਹੜਾ ਹੈਗਾ ਬਚਾਅ ਵੱਧ ਤੋਂ ਵੱਧ ਜਿਹੜਾ ਕੀਤਾ ਗਿਆ, ਔਰ ਉਮੀਦ ਹੈ ਵੀ ਅੱਜ ਦਿਨ ਲੱਗਿਆ ਅਤੇ ਜਿਹੜਾ ਸਮਾਨ ਜਿਹੜਾ ਅੱਜ ਮਾਲ ਆਊਗਾ ਮੰਡੀਆਂ ਦੇ ਵਿੱਚ ਔਰ ਕੰਮ ਜਿਹੜਾ ਪੋਜ਼ਿਟਿਵ ਤਰੀਕੇ ਨਾਲ ਚੱਲਦਾ। ਅਜੇ ਖਰੀਦ ਵੀ ਨਹੀਂ ਹੋ ਪਾ ਰਹੀ ਕਿਉਂਕਿ ਮੌਇਸਚਰ ਜ਼ਿਆਦਾ ਹੈ। ਜੀ ਬਿਲਕੁਲ, ਇਨੀਸ਼ਲੀ ਜਿਹੜਾ ਹਰ ਸਾਲ ਹੀ ਥੋੜ੍ਹਾ ਜਿਹਾ ਮੌਇਸਚਰ ਜ਼ਿਆਦਾ ਆਉਂਦਾ, ਜਿਹਦੇ ਕਰਕੇ ਪਹਿਲੇ 2-3 ਦਿਨ ਜਿਹੜਾ ਹੈ ਵੀ ਖਰੀਦ ਸਲੋ ਹੁੰਦੀ ਹੈ, ਲੇਕਿਨ ਸਾਨੂੰ ਉਮੀਦ ਆ ਵੀ ਅੱਜ ਧੁੱਪ ਲੱਗੀ ਹੈ ਔਰ ਖਰੀਦ ਦਾ ਕੰਮ ਜਿਹੜਾ ਸੁਚਾਰੂ ਰੂਪ ਨਾਲ ਚੱਲ ਪਾ। ਸਮੀਰ ਜੀ, ਖੇਤਾਂ ਦੇ ਵਿੱਚ ਕਾਫੀ ਫਸਲ ਖੜੀ ਹੈ ਕਿਸਾਨਾਂ ਦੀ, ਕਿਉਂਕਿ ਅਗਰ ਮੋਗਾ ਦੀ ਮੰਡੀ ਦੀ ਗੱਲ ਕੀਤੀ ਜਾਵੇ ਤਾਂ ਸਾਨੂੰ ਤਸਵੀਰਾਂ ਵਿਖਾਉਂਦੇ ਰਹੋ, ਮੈਂ ਆਪਣੇ ਸਹਿਯੋਗੀ ਦਾ ਰੁਕ ਕਰਾਂਗੀ। ਪਟਿਆਲਾ ਤੋਂ ਲਾਈਵ ਮੌਜੂਦ ਨੇ ਮਨੋਜ, ਕੀ ਕੁਝ ਮੰਗਾਂ ਕਿਸਾਨਾਂ ਦੀਆਂ ਤੇ ਕਿੰਨਾ ਨੁਕਸਾਨ, ਤੇ ਤਸਵੀਰਾਂ ਅਸੀਂ ਵੇਖਣਾ ਚਾਹਾਂਗੇ ਪਟਿਆਲਾ ਦਾਣਾ ਮੰਡੀ। ਜੀ ਬਿਲਕੁਲ ਸਰਬਜੋਤ, ਕੱਲ੍ਹ ਪੰਜਾਬ ਦੇ ਵਿੱਚ ਜਿਹੜੀ ਇੱਕਦਮ ਹਨੇਰੀ ਗੜੇਮਾਰੀ ਹੋਈ ਹੈ ਉਹਦੇ ਨਾਲ ਕਿਸਾਨਾਂ ਦੀ ਜਿਹੜੀ ਫਸਲ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਪਰ ਗੱਲ ਪਟਿਆਲਾ ਦੀ ਕਰੀਏ ਤਾਂ ਮੈਂ ਪਟਿਆਲਾ ਦੀ ਜਿਹੜੀ ਮੁੱਖ ਅਨਾਜ ਮੰਡੀ ਹੈ ਦਰਜਨਾ ਪਿੰਡ ਉਹਦੇ ਨਾਲ ਜੁੜੇ ਹੋਏ ਨੇ, ਉੱਥੇ ਮੌਜੂਦ ਆ ਕਿ ਅੱਜ ਇੱਕ ਤਾਂ ਧੁੱਪ ਨਿਕਲੀ ਹੋਈ ਹੈ, ਚੰਗੀ ਗੱਲ ਇਹ ਕਿ ਧੁੱਪ ਨਿਕਲੀ ਹੈ, ਬੇਸ਼ੱਕ ਬਦਲਵਾਈ ਹੈ ਪਰ ਜਿਹੜਾ ਮੀਂਹ ਹੈਗਾ ਉਹ ਰੁਕੇ ਅਤੇ ਰਾਤ ਸਮੇਂ ਤੋਂ ਪਹਿਲਾਂ ਪ੍ਰਬੰਧ ਕਰ ਲਏ ਜਾਣ ਦੇ ਨਾਲ ਤੁਸੀਂ ਦੇਖੋ ਕਿ ਹਜੇ ਵੀ ਤਰਪਾਲਾਂ ਇੱਥੇ ਪਈਆਂ ਨੇ ਜਿਹੜੀ ਖਰੀਦੀ ਗਈ ਹੈ, ਉਹਨੂੰ ਸ਼ੈੱਡਾਂ ਹੇਠਾਂ ਰੱਖਿਆ ਗਿਆ ਅਤੇ ਉੱਪਰ ਤਰਪਾਲ ਪਾ ਦਿੱਤੀ ਗਈ ਹੈ। ਜਿਹੜੇ ਕਿਸਾਨ ਨੇ ਸਵੇਰ ਤੋਂ ਹੀ ਆਪਣੀ ਜਿਹੜੀ ਫਸਲ ਹੈ ਉਹਨੂੰ ਇੱਥੇ ਲੈ ਕੇ ਆਏ ਨੇ, ਪਹਿਲਾਂ ਕਿਸਾਨਾਂ ਨਾਲ ਗੱਲ ਕਰ ਲੈਂਦੇ। ਬਾਪੂ ਜੀ ਕੀ ਨਾਮ ਹੈ ਆਪਣਾ? ਨਿਰਮਲ ਸਿੰਘ ਜੀ। ਕਿੱਥੋਂ ਆਏ ਹੋ? ਪਿੰਡ ਪਾਵਰੀ ਰਾਜਫਰੇ ਕੋਲ। ਪਾਵਰੀ ਤੋਂ? ਹਾਂ। ਕਦੋਂ ਆਏ ਸੀਗੇ? ਅਸੀਂ ਤੜਕੇ ਆਏ। ਅੱਛਾ, ਅੱਜ ਤੜਕੇ ਆਏ, ਕੱਲ੍ਹ ਵੇਚ ਗਏ ਸੀ ਕਿੱਥੋਂ ਜੀ? ਕੱਲ੍ਹ ਵੇਚ ਗਏ? ਹਾਂ ਜੀ। ਕੱਲ੍ਹ ਤੇ ਅੱਜ ਕੀ ਪ੍ਰਬੰਧ ਨੇ? ਅੱਜ ਪੂਰੇ ਪ੍ਰਬੰਧ ਹੈ ਜੀ, ਮੰਡੀ ਦੇ ਮਹਿਕਮੇ ਦੇ ਪੂਰੇ ਪ੍ਰਬੰਧ ਹੈ ਜੀ। ਬੱਦਲ ਦਾ ਚਲ ਕਹਿ ਨਹੀਂ ਸਕਦੇ ਕਿਸੇ ਬਾਰੇ ਜੀ, ਪਰ ਮਹਿਕਮੇ ਨੇ ਕੋਈ ਕਸਰ ਨਹੀਂ। ਹਾਂ, ਫਿਲਹਾਲ ਹੋਰ ਕਿਸਾਨਾਂ ਨਾਲ ਤੇ ਅਧਿਕਾਰੀਆਂ ਨਾਲ ਗੱਲ ਕਰਦੇ ਨੇ। ਵੀਰ ਜੀ ਕੀ ਨਾਮ ਹੈ ਆਪਣਾ?
ਸੰਜੂ ਹੈ ਜੀ ਮੇਰਾ। ਸੰਜੂ ਜੀ ਹਾਂਜੀ, ਕਿੱਥੋਂ ਆਏ? ਸਿਮਲਾ ਪਿੰਡ ਹੈ ਜੀ ਮੇਰਾ। ਸਿਮਲਾ ਅੱਜ ਆਏ ਸੀਗੇ? ਹਾਂ ਹੁਣੇ ਆਏ ਜੀ ਸਵੇਰੇ। ਕੀ ਲੱਗਦਾ ਪ੍ਰਬੰਧ ਉਰੇ ਠੀਕ ਨੇ ਜੀ ਹੁਣ ਮੀਂਹ ਆ ਜਾਂਦਾ? ਨਾ ਨਾ, ਫੁੱਲਾਂ ਪਈਆਂ ਨੇ, ਤਰਪਾਲਾਂ ਪਈਆਂ ਨੇ ਜੀ, ਵਧੀਆ ਅਰੇਂਜਮੈਂਟ ਹੈ, ਮਾਰਕੀਟ ਕਮੇਟੀ ਲਵੇ ਹੋਆ ਜੀ ਆਪਣੇ। ਠੀਕ ਹੈ ਪ੍ਰਬੰਧ? ਹਾਂ ਪੂਰਾ ਪ੍ਰਬੰਧ ਹੈ ਜੀ, ਵਧੀਆ। ਐਸਾ ਤਾਂ ਨਹੀਂ ਹੈਗਾ ਵੀ ਮੀਂਹ ਆ ਜਾਏ ਤੇ ਕੋਈ ਨੁਕਸਾਨ ਹੋ ਜਾਏ? ਨਾ, ਸਾਨੂੰ ਤੁਹਾਡੇ ਏਰੀਆ ਤੇ ਲੱਗਦਾ ਜੀ ਠੀਕ ਹੈ, ਸਾਨੂੰ ਬਹੁਤ ਬਹੁਤ ਵਧੀਆ ਜੀ। ਬਿਲਕੁਲ ਸਰਬਜੋਤ, ਕਹਿੰਦੇ ਮੀਂਹ ਬੇਸ਼ੱਕ ਆ ਜਾਏ ਪਰ ਫਿਲਹਾਲ ਕਿਸਾਨ ਕਹਿੰਦੇ ਅਸੀਂ ਸਵੇਰੀ ਆ ਗਏ ਸੀ ਡਰਦੇ ਮਾਰੇ ਫਸਲ ਲੈ ਕੇ ਕੀ ਜੇ ਦੁਬਾਰਾ ਮੀਂਹ ਦਾ ਨੁਕਸਾਨ ਨਾ ਹੋ ਜਾਏ। ਅਧਿਕਾਰੀ ਵੀ ਕੁਛ ਇੱਥੇ ਖੜੇ ਨੇ, ਆੜਤੀਆਂ ਵੀ ਖੜੇ ਨੇ, ਉਹਨਾਂ ਨਾਲ ਵੀ ਗੱਲ ਕਰ ਲੈਂਦੇ। ਸਰ ਕੀ ਨਾਮ ਹੈ ਆਪਣਾ? ਮੇਰਾ ਜੀ ਪ੍ਰਭਜੀਤ ਸਿੰਘ ਚੀਮਾ। ਚੀਮਾ ਸਾਹਿਬ, ਕਿਸ ਤਰ੍ਹਾਂ ਇਸ ਗੱਲ ਨੂੰ ਦੇਖਦੇ ਹੋ ਜਿਹੜਾ ਕੱਲ ਮੀਂਹ ਆਇਆ ਸੀਗਾ, ਹੁਣ ਪ੍ਰਬੰਧ ਕਿਵੇਂ ਲੈਂਦੇ? ਜਿਹੜੇ ਖਾਸ ਤੌਰ ਤੇ ਜਿਹੜੇ ਸਹਾਇਕ ਖਰੀਦ ਕੇਂਦਰ ਹੁੰਦੇ ਨੇ ਉੱਥੇ ਆਪਾਂ ਕੀ ਪ੍ਰਬੰਧ ਕੀਤੇ? ਬੇਸਿਕਲੀ ਜੀ ਸਾਰੇ ਸਾਡੇ ਕੋਲ ਮਾਰਕੀਟ ਮੰਡੀ ਪਟਿਆਲਾ ਦੇ ਵਿੱਚ ਨੀਅਰ ਅਬਾਊਟ ਜਿਹੜੀਆਂ 11 ਮੰਡੀਆਂ ਹੈਗੀਆਂ ਤੇ ਉੱਥੇ ਤਕਰੀਬਨ ਜਿਹੜਾ 3,28,000 ਦੀ ਪਰਚੇਜ਼ ਹੋ ਚੁੱਕੀ ਹੈ। ਹੁਣ ਤੁਸੀਂ ਮੇਨ ਮੰਡੀ 'ਚ ਖੜੇ, ਤੁਸੀਂ ਦੇਖ ਰਹੇ ਮੌਸਮ ਸਾਰਾ ਖੁੱਲ੍ਹਾ ਹੀ ਹੋਇਆ ਹੈ ਅਤੇ ਤਰਪਾਲਾਂ ਵਗੈਰਾ ਸਾਰਾ ਅਰੇਂਜਮੈਂਟ ਪੱਕੇ ਚੱਲ ਰਹੇ ਨੇ। ਸੋ ਬਾਕੀ ਸਾਡਾ 24 ਘੰਟੇ ਦੇ ਸਟਾਫ ਅਵੇਲੇਬਲ ਹੈ ਇੱਥੇ, ਜੇ ਕੋਈ ਸਮੱਸਿਆ ਕਿਸੇ ਲੈਵਲ 'ਤੇ ਵੀ ਆਉਂਦੀ ਹੈ ਤਾਂ ਮੌਕੇ 'ਤੇ ਹੱਲ ਕਰਾਈ ਜਾਂਦੀ ਹੈ। 3 ਪਰਚੇਜ਼ ਏਜੰਸੀਆਂ ਇੱਥੇ ਹੈਗੀਆਂ ਨੇ ਅਤੇ ਤਕਰੀਬਨ ਇਹਨਾਂ ਨੇ ਜਿਹੜੀ ਹੈ ਪਰਚੇਜ਼ ਅੱਛੀ ਕੀਤੀ ਹੋਈ ਹੈਗੀ ਹੈ, 37% ਲਿਫਟਿੰਗ ਹੋ ਚੁੱਕੀ ਹੈ ਇੱਥੇ। ਸੋ ਬੇਸਿਕਲੀ ਬਾਰਿਸ਼ ਕਰਕੇ ਵੀ ਕੋਈ ਨੁਕਸਾਨ ਸਾਡੇ ਧਿਆਨ ਦੇ ਵਿੱਚ ਹਜੇ ਇੰਨਾ ਨਹੀਂ, ਕਿਉਂਕਿ ਆਹ ਤੁਸੀਂ ਦੇਖ ਸਕਦੇ ਤਰਪਾਲਾਂ ਵਗੈਰਾ ਮੌਕੇ 'ਤੇ ਹੀ ਕਰਵਾਈਆਂ ਗਈਆਂ, ਸਾਡਾ ਸਟਾਫ ਨੇ ਪਰਸਨਲੀ ਆਪ ਵਿੱਚ ਆ ਕੇ ਇਸ ਚੀਜ਼ ਨੂੰ ਸੁਪਰਵਾਈਜ਼ ਕੀਤਾ, ਸਾਡੇ ਵੱਲੋਂ ਵੀ ਰੈਗੂਲਰ ਚੈਕਿੰਗ ਇਸ ਸੰਬੰਧ ਕੀਤੇ ਜਾਣ ਜੀ ਸਰ। ਅਤੇ ਮੇਰੇ ਨਾਲ ਮੇਰੇ ਸਹਿਯੋਗੀ ਜੁੜੇ ਹੋਏ ਸੀਗੇ ਵੱਖ ਵੱਖ ਥਾਵਾਂ ਤੋਂ, ਮਨੋਜ ਸ਼ਰਮਾ ਪਟਿਆਲਾ ਤੋਂ ਲਾਈਵ ਜੁੜੇ ਸੀਗੇ, ਬਹੁਤ ਬਹੁਤ ਸ਼ੁਕਰੀਆ ਮਨੋਜ ਤੁਹਾਡਾ। ਗੁਰਦੀਪ ਸਿੰਘ ਖੰਨਾ ਦੀ ਮੰਡੀ ਤੋਂ ਜੁੜੇ ਸੀਗੇ, ਬਹੁਤ ਬਹੁਤ ਸ਼ੁਕਰੀਆ। ਅਤੇ ਇਸ ਵਿਚਾਲੇ ਸੰਦੀਪ ਓਬਰਾਏ ਕਪੂਰਥਲਾ ਤੋਂ